मैं अपने पंजाब तो सारा छोटी उम्र दे सरपंच बनांगी, जो मैं कदे सोचा भी नहीं सीगा इतना, मतलब मैनू पता भी नहीं, क्योंकि देखो 1300 करीब सरपंच ने साडे पंजाब दे, है ना, तो उन्हां विचों मैं सब तो छोटी होऊंगी, मैनू नहीं पता सी, मेरे लिए कोई खुशकिस्मती है। एक बारी मोदी दी भैन कहना शुरू करता सी लोकां ने, ओ की है असल दे विच, ओहदे पिछे कारण की सी? कोविड दा टाइम चल रिहा सीगा ਉਦੋਂ ਕੀ ਸੀਗਾ ਕਿ ਸਾਡੇ ਨਾ ਪੰਚਾਇਤੀ ਰਾਜ ਦਿਵਸ ਸੀਗਾ 24 April ਨੂੰ, ਤਾਂ ਉਸ ਟਾਈਮ ਤੇ ਪੰਚਾਇਤੀ ਰਾਜ ਦਿਵਸ ਤੇ ਮੋਦੀ ਜੀ ਨਾਲ ਕਾਨਫਰੰਸਿੰਗ ਹੋਈ ਸੀ। ਠੀਕ ਹੈ। ਉੱਥੇ ਉਹਨਾਂ ਨੇ, ਮਤਲਬ ਉਹਨਾਂ ਨੇ ਜਦੋਂ ਜ਼ਿਕਰ ਕੀਤਾ ਕਿ ਗ੍ਰਾਮ ਪੰਚਾਇਤ ਹਾੜਾ ਸੇ ਮੇਰੀ ਬਹਿਨ ਪੱਲਵੀ ਠਾਕੁਰ, ਤਾਂ ਇਸ ਕਰਕੇ ਲੋਕਾਂ ਨੇ ਮਤਲਬ ਉਹ ਟੈਗ ਦੇ ਦਿੱਤਾ ਕਿ ਮੋਦੀ ਜੀ ਦੀ ਭੈਣ ਹੈ। ਸਾਡਾ ਨੀਮ ਪਹਾੜੀ ਖੇਤਰ ਹੈ ਸਰ, ਲੇਕਿਨ ਅੱਜ ਦੇ ਟਾਈਮ ਚ ਸਾਡਾ ਇੰਡੀਆ, ਇਵਨ ਪੂਰੀ ਸਾਡੀ, ਮਤਲਬ ਕੰਟਰੀ ਨੂੰ ਕਹਿ ਲੋ, ਪੂਰਾ ਵਰਲਡ ਨੂੰ ਕਹਿ ਲੋ, ਕਿੱਥੇ ਤੱਕ ਪਹੁੰਚ ਰਿਹਾ। ਤੇ ਸਰ ਸਿਰਫ ਸਾਡੇ ਧਾਰ ਦੇ ਲੋਕ ਹੀ ਕਿਉਂ ਅੱਜ ਵੀ ਪਾਣੀ ਬਿਜਲੀ ਦੀ ਪ੍ਰੋਬਲਮ ਨੂੰ ਸਫਰ ਕਰ ਰਹੇ ਆ ਸਰ, ਕਿਉਂ? ਮਤਲਬ ਇਹ ਸਿਸਟਮ ਤੁਹਾਨੂੰ ਚਲਾਉਂਦਾ ਜਾਂ ਤੁਸੀਂ ਸਿਸਟਮ ਨੂੰ ਚਲਾਉਂਦੇ? ਸਰ ਮੈਨੂੰ ਐ ਲੱਗਦਾ ਹੈ ਕਿ ਸਿਸਟਮ ਨਹੀਂ ਸਾਨੂੰ ਚਲਾ ਸਕਦਾ, ਅਸੀਂ ਆਪ ਦੀ ਮਰਜ਼ੀ ਨਾਲ ਜੇਕਰ ਕੁਝ ਕੋਈ ਵੀ ਸਿਸਟਮ ਚਲਾਣਾ ਹੋਵੇ ਤਾਂ ਸਾਡੀ ਮਰਜ਼ੀ ਨਾਲ ਸਭ ਕੁਝ। ਇਹ ਵੱਡਾ ਸਿਆਸਤਦਾਨ ਇਹ ਗੱਲ ਕਹਿ ਦੂਗਾ ਸਰ, ਤੁਸੀਂ ਸਰਪੰਚ ਹੋ, ਤੁਸੀਂ ਕਹਿਤਾ ਤੁਸੀਂ ਨਿਊਟਰਲ ਹੋ, ਹਾਂਜੀ, ਪਰ ਇੱਕ ਜਗ੍ਹਾ ਇੱਕ ਪਾਰਟੀ ਉਹਦੇ ਹਾਇਰਾਰਕੀ ਤੇ ਬਹੁਤ ਸਾਰੇ ਸੰਗਲ, ਉਹ ਤਾਂ ਪਿੱਛੇ ਹੀ ਹੱਥ ਜੋੜ ਦੇਣਗੇ ਇਸ ਗੱਲ ਨੂੰ। ਬਹੁਤ ਸਾਰੇ ਲੋਕ ਸਿਆਸਤ ਨੂੰ, ਸਮਾਜ ਨੂੰ ਬਦਲਣ ਦਾ ਮਾਦਾ ਰੱਖਦੇ ਨੇ, ਹਾਲਾਂਕਿ ਸ਼ੁਰੂਆਤ ਉਹਨਾਂ ਦੀ ਛੋਟੇ ਪੱਧਰ ਤੋਂ ਹੁੰਦੀ ਹੈ ਤੇ ਮੁਕਾਮ ਆ ਜਿਹੜਾ ਕਿ ਉਹ ਬਹੁਤ ਵੱਡਾ ਉਹਨਾਂ ਦਾ ਤੈ ਕੀਤਾ ਜਾਂਦਾ, ਖੁਦ ਤੈ ਕਰਦੇ ਨੇ ਜਿਹੜਾ ਮੁਕਾਮ ਹੁੰਦਾ ਆ। ਤੇ ਅਜਿਹੇ ਹੀ ਇੱਕ ਸ਼ੁਰੂਆਤ ਕੀਤੀ ਪੱਲਵੀ ਠਾਕੁਰ ਨੇ, ਪਠਾਨਕੋਟ ਦੇ ਹਾੜਾ ਪਿੰਡ ਤੋਂ ਸਰਪੰਚੀ ਦੀ ਚੋਣ ਜਿੱਤੀ, ਹਾਲਾਂਕਿ ਖਿਤਾਬ ਮਿਲਿਆ ਕਿ ਪੰਜਾਬ ਦੀ ਸਭ ਤੋਂ ਛੋਟੀ ਉਮਰ ਦੀ ਸਰਪੰਚ ਹੈ, ਤਕਰੀਬਨ 21 ਸਾਲ ਉਮਰ ਸੀ ਸਰਪੰਚ ਬਣੇ। ਤੇ ਇਹੋ ਜਿਹੀਆਂ ਪਿਰਤਾਂ ਪਾਈਆਂ, ਇਹੋ ਜਿਹੀਆਂ ਲੀਹਾਂ ਪਾਈਆਂ ਕਿ ਹਰ ਕੋਈ ਤਰੀਫਾਂ ਕਰਦਾ ਹੈ ਕਿ ਜੇ ਸਰਪੰਚ ਹੋਵੇ ਤਾਂ ਹਾੜਾ ਪਿੰਡ ਦੀ ਪੱਲਵੀ ਠਾਕੁਰ ਵਰਗੀ। ਮੇਰੇ ਨਾਲ ਪੱਲਵੀ ਠਾਕੁਰ ਨੇ, ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਬਦਲਾਅ ਜੋ ਗੱਲਬਾਤ ਹੁੰਦੀ ਹੈ, ਸਿਆਸਤ ਨੂੰ ਨਵੇਂ ਮੋੜ ਦੇਣ ਦੀ ਗੱਲਬਾਤ ਹੁੰਦੀ ਆ, ਉਹ ਕਿਵੇਂ ਸ਼ੁਰੂਆਤ ਉਸਦੀ ਹੋ ਸਕਦੀ ਹੈ, ਤੇ ਖਾਸ ਤੌਰ ਤੇ ਪੱਲਵੀ ਜਦੋਂ ਲੋਕਾਂ 'ਚ ਵਿਚਰਦੀ ਹੈ ਸਰਪੰਚ ਦੇ ਤੌਰ ਤੇ ਤਾਂ ਪਿੰਡਾਂ ਦੀ ਸਿਆਸਤ ਕਿਵੇਂ ਬਦਲੀ, ਇਹ ਜ਼ਰੂਰ ਇੰਟਰਸਟਿੰਗ ਵਿਸ਼ਾ ਰਹੇਗਾ। ਪੱਲਵੀ ਜੀ ਸਵਾਗਤ ਹੈ ਸਪੋਕਸਮੈਨ ਟੀਵੀ ਤੇ। ਪਹਿਲੇ ਤਾਂ ਸਪੋਕਸਮੈਨ ਟੀਵੀ ਦੇਖ ਰਹੇ ਸਾਰੇ ਸਬਸਕ੍ਰਾਈਬਰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਰ। ਪੱਲਵੀ, ਸਭ ਤੋਂ ਛੋਟੀ ਉਮਰ ਦੀ ਸਰਪੰਚ, ਸਿਰਫ ਪੰਜਾਬ ਨਹੀਂ ਮੈਂ ਕਹੂੰਗਾ, ਅਸੀਂ ਉਹ ਓਵਰਆਲ ਇੰਡੀਆ ਦੇਖ ਲਈਏ, 21 ਸਾਲ ਦੀ ਉਮਰ ਤੁਹਾਡੀ ਹੈ ਸਰਪੰਚ ਹੈ, ਤੁਹਾਨੂੰ ਜੰਮੂ ਕਸ਼ਮੀਰ ਦੇ ਵੀ ਇੱਕ ਸਰਪੰਚ ਨੇ ਵੀ ਤੁਹਾਨੂੰ ਰਿਕਮੈਂਡ ਕੀਤਾ ਸ਼ਾਇਦ, ਮੈਨੂੰ ਲੱਗਦਾ ਜਿੰਨਾ ਕਿ ਯਾਦ ਆ, ਤੇ ਕੀ ਲੱਗਦਾ ਉਹ ਜਿਹੜਾ 21 ਸਾਲ ਦੀ ਸਰਪੰਚ ਬਣਨ ਦਾ ਸੁਪਨਾ ਸੀ, ਉਹ ਤਜਰਬਾ ਅੱਜ ਕੀ ਕਹਿੰਦਾ ਆ? ਦੇਖੋ ਤੁਹਾਡੇ ਸਾਹਮਣੇ ਬੈਠੀ ਆ, ਮੇਰੇ ਲਈ ਤਾਂ ਬਹੁਤ ਖੁਸ਼ੀ ਦੀ ਗੱਲ ਹੈ, ਪਹਿਲੀ ਗੱਲ ਕਿ ਤੁਹਾਡੇ ਨਾਲ ਗੱਲਬਾਤ ਹੋ ਰਹੀ ਹੈ, ਠੀਕ ਹੈ, ਹੈ ਨਾ। ਤਾਂ ਇੱਕ ਅਗਰ ਸਰਪੰਚ ਜਦੋਂ ਮੈਂ ਬਣੀ ਸੀਗੀ ਉਸ ਟਾਈਮ ਤੇ, ਮਤਲਬ ਮੈਂ ਇੰਨਾ ਨਹੀਂ ਸੋਚਿਆ ਸੀਗਾ ਕਿ ਮਤਲਬ ਪੱਲਵੀ ਠਾਕੁਰ ਜਿਹੜਾ ਆਪਣੇ ਪਿੰਡ ਨੂੰ ਕਿਸੇ, ਮਤਲਬ ਇੱਕ ਇੰਨਾ ਨਾਮ ਬਣੂਗਾ, ਹੈ ਨਾ। ਬਾਕੀ ਜਦੋਂ ਮੈਂ ਸਰਪੰਚ ਬਣਨਾ ਸੀਗਾ ਉਸ ਟਾਈਮ ਤੇ ਮੇਰੀ ਸੋਚ ਐਂ ਸੀਗੀ, ਕਿਉਂਕਿ ਇਲੈਕਸ਼ਨ ਜਦੋਂ ਲੜਨਾ, ਤੁਹਾਨੂੰ ਪਤਾ ਇੱਕ ਪਿੰਡਾਂ 'ਚ ਕੀ ਹੁੰਦਾ ਹੈ ਕਿ ਇਲੈਕਸ਼ਨ ਦੀ ਰਵਾਇਤ ਕੀ ਹੁੰਦੀ ਹੈ ਕਿ ਕੁਝ ਖਾਨਦਾਨੀ ਸਰਪੰਚੀਆਂ ਜਿਹੜੀਆਂ ਚੱਲਦੀਆਂ ਹੁੰਦੀਆਂ ਨੇ, ਹੈ ਨਾ। ਤਾਂ ਉੱਥੇ ਕੀ ਹੁੰਦਾ ਹੈ ਕਿ ਜੇਕਰ ਕਿਤੇ ਪਿੰਡ 'ਚ ਲੇਡੀ ਰਿਜ਼ਰਵ ਆ ਗਿਆ ਤੇ ਉੱਥੇ ਬਹੂਆਂ ਮਤਲਬ ਅੱਗੇ ਕਰ ਦਿੰਦੇ ਆ, ਸਿਰਫ ਇੱਕ ਮਤਲਬ ਮੋਹਰਾ ਬਣਾ ਮਰਦ ਪ੍ਰਧਾਨ ਸੂਬੇ ਹੋਣ ਕਰਕੇ, ਦੇਸ਼ ਹੋਣ ਕਰਕੇ ਪ੍ਰਧਾਨਗੀ ਮਰਦੀ ਰਹਿੰਦੀ ਆ, ਮਰਦੀ ਰਹਿੰਦੀ ਆ, ਜਨਾਨੀ ਨੂੰ ਸਿਰਫ ਉਹਨਾਂ ਨੇ ਇੱਕ ਸਿਗਨੇਚਰ ਕਰਨ ਲਈ ਰੱਖਿਆ ਹੁੰਦਾ ਹੈ। ਤਾਂ ਉਸ ਟਾਈਮ ਤੇ ਮੈਂ ਜਦੋਂ ਇਲੈਕਸ਼ਨ ਦਾ ਚੱਲ ਰਿਹਾ ਸੀਗਾ ਤੇ ਮੈਂ ਆਪਣੇ ਪਾਪਾ ਨਾਲ ਜਸਟ ਇੱਕ ਗੱਲ ਕੀਤੀ ਸੀਗੀ ਕਿ ਪਾਪਾ ਜੀ ਲੇਡੀ ਰਿਜ਼ਰਵ ਹੋ ਗਿਆ ਤੇ ਕੀ ਮੈਂ ਕੰਟੈਂਪਟ ਕਰ ਲਾਂ ਇਲੈਕਸ਼ਨ। ਉਹਨਾਂ ਦਾ ਸਿਰਫ ਇੱਕੋ ਹੀ ਮੈਨੂੰ ਬੋਲ ਸੀਗੇ, ਜੇ ਕਰ ਸਕਦੀ ਹੈ, ਜੇ ਖੁਦ ਕਰੇਗੀ ਤਾਂ ਅੱਗੇ ਆ ਜਾ, ਨਹੀਂ ਤਾਂ ਮਤਲਬ ਕੋਈ ਲੋੜ ਨਹੀਂ ਹੈਗੀ, ਹੈ ਨਾ। ਉਦੋਂ ਉਹਨਾਂ ਨੇ ਕਿਹਾ ਸੀ ਵੀ ਮੈਂ ਤੇਰੇ ਪਿੱਛੋਂ ਉਸ ਤਰੀਕੇ ਦੇ ਨਾਲ ਮੈਂ ਤੈਨੂੰ ਰਬੜ ਦੀ ਮੋਹਰ ਨਹੀਂ ਬਣਾਉਣਾ। ਹਾਂਜੀ ਬਿਲਕੁਲ, ਉਹਨਾਂ ਦੀ ਸੋਚ ਹੀ ਐਂ ਸੀਗੀ ਕਿ ਜੇ ਤੂੰ ਖੁਦ ਕਰ ਸਕਦੀ ਹੈ ਤੂੰ ਆ ਜਾ, ਹੈ ਨਾ। ਤਾਂ ਉਸ ਟਾਈਮ ਤੇ ਪਿੰਡ ਦੇ ਲੋਕਾਂ ਨੇ, ਇਵਨ ਆਪਣੇ ਵੀ ਕਈ ਰਿਸ਼ਤੇਦਾਰਾਂ ਨੇ ਕਾਫੀ ਗੱਲਾਂ ਕੀਤੀਆਂ ਕਿ ਕੁੜੀ ਹੈ, ਕੱਲ ਨੂੰ 2-4 ਸਾਲਾਂ ਨੂੰ ਇਹਦਾ ਵਿਆਹ ਕਰਾਉਣਾ ਹੈ ਤੇ ਤੁਸੀਂ ਇਹਨੂੰ ਸਰਪੰਚੀ ਦਾ ਇਲੈਕਸ਼ਨ ਕਿਉਂ ਲੜਾਉਣ ਲੱਗੇ ਹੋ, ਬਹੁਤ ਕੁਝ ਬੋਲਿਆ, ਹੈ ਨਾ। ਲੇਕਿਨ ਫਿਰ ਵੀ ਪਾਪਾ ਨੇ ਕਹਿ ਦਿੱਤਾ ਕਿ ਉਹਦਾ ਆਪਦਾ ਡਿਸੀਜ਼ਨ ਹੈ, ਜੇ ਉਹ ਕਰ ਸਕਦੀ ਹੈ ਉਹਨੂੰ ਕਰਨ ਦਿਓ, ਹੈ ਨਾ। ਤਾਂ ਮਤਲਬ ਪਿੰਡ ਦੇ ਲੋਕਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ, ਉਹਨਾਂ ਨੇ ਇੱਕ, ਇਹ ਨਹੀਂ ਹੈ ਕਿ ਉਹਨਾਂ ਨੇ ਇਹ ਸੋਚਿਆ ਕਿ ਕੁੜੀ ਹੈ ਵਿਆਹ ਹੋ ਜਾਊਗਾ, ਇਵਨ ਜਿੰਨੀਆਂ ਵੀ ਲੇਡੀਜ਼ ਸੀਗੀਆਂ ਮੇਰੇ ਪਿੰਡ ਦੀਆਂ ਉਹਨਾਂ ਨੇ ਇੰਨਾ ਸਤਿਕਾਰ ਬਖਸ਼ਿਆ ਕਿ ਮੇਰੇ ਨਾਲ ਘਰ ਘਰ ਜਾ ਕੇ ਮੇਰੇ ਲਈ ਵੋਟਾਂ
ਚਾਹੁੰਗੀ ਆ। ਤੁਹਾਨੂੰ ਪਤਾ ਹੈ ਕਿ ਜਿਹੜੀ ਲੇਡੀ ਹੈ ਉਹ ਘਰ ਦੀ ਮਤਲਬ ਇੱਕ ਮੋਹਰੀ ਹੁੰਦੀ ਹੈ ਨਾ, ਜਿੱਦਾਂ ਲੇਡੀ ਕਹੂਗੀ ਉਦਾਂ ਹੀ ਹੋਊਗਾ। ਤੇ ਜਿੱਥੇ ਇੱਕ ਮੈਂ ਕੁੜੀ ਉੱਥੇ ਮੇਰੀਆਂ ਸਾਰੀਆਂ ਮਾਵਾਂ ਮੇਰੀਆਂ ਭੈਣਾਂ ਮੇਰੇ ਨਾਲ ਸੀਗੀਆਂ ਤੇ ਮੈਂ ਤਾਂ ਕਦੀ ਫਿਰ ਤਾਂ ਮੈਂ ਪਿੱਛੇ ਨਹੀਂ ਹਟਦੀ। ਪਰ ਪਲਵੀ ਇਹਦੇ ਨਾਲ ਪੋਲਿਟਿਕਸ ਦੀ ਸ਼ੁਰੂਆਤ ਤੁਸੀਂ ਕਰ ਲਈ, ਤੁਸੀਂ ਪੋਲਿਟਿਕਸ 'ਚ ਸ਼ੁਰੂਆਤ ਕਰ ਲਈ ਜੀ। ਪੋਲਿਟਿਕਸ ਨੇ ਆਪਦਾ ਮੁੱਦਾ ਪਲਵੀ ਨੂੰ ਬਣਾ ਲਿਆ ਜੀ। ਬਿਲਕੁਲ ਬਣੀ ਪੱਲਵੀ ਮੁੱਦਾ। ਐਕਚੁਅਲੀ ਕੀ ਸੀਗਾ ਕਿ ਪੱਲਵੀ ਇਹ ਐ ਹੋ ਗਿਆ ਕਿ ਮੈਨੂੰ ਤਾਂ ਨਹੀਂ ਪਤਾ ਸੀਗਾ ਕਿ ਮੈਂ ਆਪਣੇ ਪੰਜਾਬ ਤੋਂ ਸਾਰਾ ਛੋਟੀ ਉਮਰ ਦੀ ਸਰਪੰਚ ਬਣਾਂਗੀ, ਜੋ ਮੈਂ ਕਦੇ ਸੋਚਿਆ ਵੀ ਨਹੀਂ ਸੀਗਾ। ਇੰਨਾ ਮਤਲਬ ਮੈਨੂੰ ਪਤਾ ਵੀ ਨਹੀਂ, ਕਿਉਂਕਿ ਦੇਖੋ 1300 ਕਰੀਬ ਸਰਪੰਚ ਨੇ ਸਾਡੇ ਪੰਜਾਬ ਦੇ, ਹੈ ਨਾ। ਤਾਂ ਉਹਨਾਂ ਵਿੱਚੋਂ ਮੈਂ ਸਭ ਤੋਂ ਛੋਟੀ ਹੋਊਂਗੀ, ਉਹ ਮੈਨੂੰ ਨਹੀਂ ਪਤਾ ਸੀ। ਉਹ ਮੇਰੇ ਲਈ ਇੱਕ ਖੁਸ਼ਕਿਸਮਤੀ ਹੈ ਕਿ ਮੈਨੂੰ ਪੰਜਾਬ ਸਰਕਾਰ ਵੱਲੋਂ ਇੱਕ ਮਾਨ ਬਖਸ਼ਿਆ ਗਿਆ ਕਿ ਮੈਂ ਆਪਣੇ ਪੰਜਾਬ ਤੋਂ ਸਾਰਾ ਛੋਟੀ ਉਮਰ ਦੀ ਸਰਪੰਚ ਹਾਂ। ਉਸ ਟਾਈਮ ਤੇ ਵੀ ਮੇਰੀ ਖੁਸ਼ੀ ਇੱਕ ਅਲੱਗ ਲੈਵਲ ਤੇ ਸੀਗੀ ਕਿ ਰੱਬ ਦੀ ਤਰਫ ਤੋਂ ਹੀ ਜੇ ਮੈਂ ਇੱਕ, ਚਲੋ ਠੀਕ ਹੈ, ਪੋਲੀਟੀਕਲ ਲਾਈਨ ਅਗਰ ਆਈ ਗਈ ਹੈ ਵਿੱਚ, ਤਾਂ ਮਤਲਬ ਮੇਰੇ ਲਈ ਬਹੁਤ ਖੁਸ਼ੀ ਦੀ ਉਹ ਗੱਲ ਸੀਗੀ। ਔਰ ਇਵਨ ਕਿ ਛੋਟੀ ਉਮਰ ਦੀ ਸਰਪੰਚ ਬਣਨ ਨਾਲ ਮੈਨੂੰ ਫਾਇਦੇ ਵੀ ਬਹੁਤ ਹੋਏ। ਲੇਕਿਨ ਹੋਰ ਪੋਲੀਟਿਕਸ ਦੀ ਅਗਰ ਗੱਲ ਕਰੀਏ ਤਾਂ ਜਿਹੜੇ ਪੁਰਾਣੇ ਜਿੱਦਾਂ ਹੁੰਦੇ ਆ ਜਿਹੜੇ ਪੋਲੀਟੀਸ਼ੀਅਨ ਹੁੰਦੇ, ਉਹਨਾਂ ਲਈ, ਦਿੱਗਜਾਂ ਲਈ ਮੈਂ ਥੋੜੀ ਪ੍ਰੋਬਲਮ ਵੀ ਸੀਗੀ ਕਿ ਆ ਇਹ ਛੋਟੀ ਕੁੜੀ ਦੀ ਪਹਿਚਾਨ ਬਣ ਗਈ ਹੈ ਪੰਜਾਬ ਤੇ, ਤਾਂ ਸਾਡੇ ਲਈ ਪ੍ਰੋਬਲਮ ਕ੍ਰੀਏਟ ਕਰੂਗੀ। ਬੜੇ ਟੈਗ ਮਿਲੇ ਨੇ ਪੱਲਵੀ ਨੂੰ। ਇੱਕ ਵਾਰੀ ਮੋਦੀ ਦੀ ਭੈਣ ਕਹਿਣਾ ਸ਼ੁਰੂ ਕਰਤਾ ਸੀ ਲੋਕਾਂ ਨੇ, ਉਹ ਕੀ ਹੈ ਅਸਲ ਦੇ ਵਿੱਚ, ਉਹਦੇ ਪਿੱਛੇ ਕਾਰਨ ਕੀ ਸੀ? ਐਕਚੁਅਲੀ ਉਹ ਸੀਗਾ ਕਿ ਕੋਵਿਡ ਦਾ ਟਾਈਮ ਚੱਲ ਰਿਹਾ ਸੀਗਾ, ਉਦੋਂ ਕੀ ਸੀਗਾ ਕਿ ਸਾਡੇ ਨਾ ਪੰਚਾਇਤੀ ਰਾਜ ਦਿਵਸ ਸੀਗਾ 24 April ਨੂੰ। ਤਾਂ ਉਸ ਟਾਈਮ ਤੇ ਪੰਚਾਇਤੀ ਰਾਜ ਦਿਵਸ ਤੇ ਮੋਦੀ ਜੀ ਨਾਲ ਕਾਨਫਰੰਸਿੰਗ ਹੋਈ ਸੀ। ਠੀਕ ਹੈ। ਉੱਥੇ ਉਹਨਾਂ ਨੇ ਮਤਲਬ ਉਹਨਾਂ ਨੇ ਜਦੋਂ ਜ਼ਿਕਰ ਕੀਤਾ ਕਿ ਗ੍ਰਾਮ ਪੰਚਾਇਤ ਹਾੜਾ ਸੇ ਮੇਰੀ ਬਹਿਣ ਪੱਲਵੀ ਠਾਕੁਰ, ਤਾਂ ਇਸ ਕਰਕੇ ਲੋਕਾਂ ਨੇ ਮਤਲਬ ਉਹ ਟੈਗ ਦੇ ਦਿੱਤਾ ਕਿ ਮੋਦੀ ਜੀ ਦੀ ਭੈਣ ਆ। ਲੋਕਾਂ ਨੇ ਮੋਦੀ ਜੀ ਦੀ ਭੈਣ ਟੈਗ ਦਿੱਤਾ, ਤੇ ਉਦੋਂ ਬਾਅਦ ਕਈ ਤਰ੍ਹਾਂ ਦੇ ਟੈਗ ਸਿਆਸਤ ਵਿੱਚ ਲੱਗਦੇ ਰਹੇ। ਹਾਂਜੀ ਹਾਂਜੀ। ਸਿਆਸਤ ਵਾਲੇ ਜਿਹੜੇ ਟੈਗ ਨੇ ਉਹ ਜ਼ਿਆਦਾ ਟੈਗ ਹੁੰਦੇ ਨੇ ਕਿਰਦਾਰ ਖੁਸ਼ੀ ਵਾਲੇ, ਅਸੀਂ ਕਹਿ ਦਿੰਦੇ ਹਾਂ ਜੀ। ਉਹਨਾਂ ਨੂੰ ਪੱਲਵੀ ਬਰਦਾਸ਼ਤ ਕਰ ਲੈਂਦੇ ਹੋ? ਦੇਖੋ ਕੁਝ ਗੱਲਾਂ ਹੁੰਦੀਆਂ ਨੇ, ਇੱਕ ਉਮਰ ਹੀ ਉਵੇਂ ਦੀ ਹੈ ਕਿ ਜਦੋਂ ਕੋਈ ਕੁਛ ਬੋਲਦਾ ਹੈ ਇੱਕ ਖੁਸ਼ੀ ਵੀ ਹੁੰਦੀ ਹੈ। ਇੱਕ ਤਰਫ ਤੋਂ ਅਗਰ ਕੋਈ ਥੋੜਾ ਹੁੰਦਾ ਨਾ ਕਿ ਆ ਕੁੜੀ ਆ ਕੀ ਕਰ ਲੂਗੀ, ਹੈਨਾ, ਜਦੋਂ ਆ ਗੱਲ ਕਹਿੰਦੇ ਆ ਨਾ ਉਸ ਟਾਈਮ ਤੇ ਮੇਰੇ ਅੰਦਰ ਹੋਰ ਜਜ਼ਬਾ ਆਉਂਦਾ ਹੈ। ਇਹ ਨਹੀਂ ਹੈ ਕਿ ਮੈਂ ਸਟੈਪ ਬੈਕ ਕਰ ਲੂੰਗੀ ਕਿ ਇਹਨਾਂ ਨੇ ਮੈਨੂੰ ਐਂ ਕਿਉਂ ਕਿਹਾ, ਮੈਨੂੰ ਹੋਰ ਜਜ਼ਬਾ ਆਉਂਦਾ ਹੈ ਕਿ ਠੀਕ ਹੈ ਕੁੜੀ ਹੈ ਤੁਹਾਨੂੰ ਕਰਕੇ ਦਿਖਾਊਗੀ ਕੁੜੀ। ਕਰਕੇ ਦਿਖਾਇਆ ਵੀ ਹੈ ਪੱਲਵੀ, ਅੱਜ ਕਿਸੇ ਜਾਣ ਪਹਿਚਾਣ ਦੀ ਮੁਹਤਾਜ ਨਹੀਂ ਹੈ। ਹਾੜੇ ਪਿੰਡ ਦੀ ਮੂੰਹ ਬੋਲਦੀ ਤਸਵੀਰ ਪੱਲਵੀ ਦੇ ਜਿਹੜੇ ਕੀਤੀ ਹੋਈ ਕਾਰਗੁਜ਼ਾਰੀ ਹੈ ਉਹਦੀ ਹੈ। ਹਾਂਜੀ ਹਾਂਜੀ ਪੱਲਵੀ। ਪਰ ਜਦੋਂ ਅਸੀਂ ਸਮਾਜ ਦੇ ਦਾਇਰੇ ਨੂੰ ਤੋੜਨ ਦੀ ਗੱਲ ਕਰਦੇ ਹਾਂ, ਸਮਾਜ ਦੇ ਬੁਣੇ ਹੋਏ ਤਾਣੇ ਬਾਣੇ ਨੂੰ ਤੋੜਨ ਦੀ ਵੱਢਣ ਦੀ ਗੱਲ ਕਰਦੇ ਹਾਂ, ਤਾਂ ਸਭ ਤੋਂ ਔਖਾ ਹੁੰਦਾ ਹੈ ਕਿ ਸਾਨੂੰ ਆਪਦੇ ਨਾਲ ਲੜਨਾ ਪੈਂਦਾ ਜੀ। ਬਿਲਕੁਲ। ਘਰਦਿਆਂ ਨਾਲ ਸਪੋਰਟ ਤਾਂ ਕਰਦੀ ਬਹੁਤ, ਪਰ ਘਰਦਿਆਂ ਦੇ ਨਾਲ ਜਿਹੜਾ ਹੋਰ ਰਿਸ਼ਤਿਆਂ ਦਾ ਇੱਕ ਗੰਢ ਹੁੰਦੀ ਹੈ ਉਹ ਕਿੰਨੀ ਕੁ ਰੜਕਦੀ ਰਹੀ, ਉਹਨਾਂ ਨੇ ਕਿੰਨਾ ਕੁ ਤੰਗ ਕੀਤਾ? ਦੇਖੋ ਸਟਾਰਟਿੰਗ 'ਚ ਤਾਂ ਬਹੁਤ ਜ਼ਿਆਦਾ ਪ੍ਰੋਬਲਮਸ ਆਈਆਂ ਇਹੀ ਚੀਜ਼ ਨੂੰ ਲੈ ਕੇ ਕੀ ਕੀਤਾ ਇਹ ਕੁੜੀ ਨੂੰ ਸਰਪੰਚ ਬਣਾਤਾ, ਕੁੜੀ ਨੂੰ ਸਰਪੰਚ ਬਣਾਤਾ। ਜਦੋਂ ਹੁਣ ਤੁਸੀਂ ਗੱਲ ਕੀਤੀ ਮੋਦੀ ਜੀ ਦੀ, ਜਦੋਂ ਉਹਨਾਂ ਨਾਲ ਕਾਨਫਰੰਸਿੰਗ ਹੋਈ, ਇਵਨ ਉਹਨਾਂ 'ਚੋਂ ਹੀ ਕੁਝ ਲੋਕ ਸੀਗੇ ਜਿਹੜੇ ਸਾਰਿਆਂ ਨੂੰ ਪ੍ਰਾਊਡਲੀ ਕਹਿੰਦੇ ਸੀਗੇ ਕਿ ਉਹ ਤਾਂ ਸਾਡੀ ਕੁੜੀ ਹੈ ਜਿਹਦੀ ਮੋਦੀ ਨਾਲ ਗੱਲ ਹੋਈ ਆ। ਬਦਲ ਗਏ ਲੋਕ, ਬਦਲ ਗਏ ਉਹਨਾਂ ਦਾ ਨਜ਼ਰੀਆ, ਬਦਲ ਗਿਆ ਕੁੜੀ ਨੂੰ ਲੈ ਕੇ। ਜਿਹੜਾ ਪਹਿਲੇ ਨਜ਼ਰੀਆ ਸੀਗਾ ਕਿ ਇਹ ਤਾਂ ਕੁੜੀ ਹੈ ਇਹਨੇ ਕੀ ਕੰਮ ਕਰਾਉਣੇ ਆ, ਹਨਾ, ਤਾਂ ਕੀ ਹੈ ਕਿ ਮੇਰੇ ਪਾਪਾ ਦੀ ਮੈਨੂੰ ਬਹੁਤ ਜ਼ਿਆਦਾ ਸਪੋਰਟ ਹੈ। ਮੈਂ ਅੱਜ ਵੀ ਜੇ ਇੱਥੇ ਬੈਠੀ ਹਾਂ ਉਹਨਾਂ ਕਰਕੇ ਬੈਠੀ ਹਾਂ। ਮੈਂ ਵਾਹਿਗੁਰੂ ਦਾ ਸ਼ੁਕਰ ਕਰਦੀ ਹਾਂ ਕਿ ਮੇਰੇ ਪਾਪਾ ਦੀ ਸੋਚ ਜਿਹੜੀ ਆ ਉਹ ਬਾਕੀ ਲੋਕਾਂ ਵਰਗੀ ਨਹੀਂ ਸੀਗੀ ਕਿ ਇਹ ਕੁੜੀ ਹੈ ਜੀ ਇਹਨੂੰ ਅੱਗੇ ਨਹੀਂ ਆਉਣ ਦੇਣਾ, ਹਨਾ। ਤਾਂ ਮਤਲਬ ਮੇਰਾ ਕੋਈ ਕੰਮ ਹੋਵੇ ਉੱਥੇ ਮੇਰੀ ਫੈਮਿਲੀ ਦੀ ਮੈਨੂੰ ਫੁੱਲ ਸਪੋਰਟ ਹੈ। ਇਵਨ ਅੱਜ ਦੇ ਟਾਈਮ 'ਚ ਸਾਰੇ ਮੇਰੇ ਰਿਸ਼ਤੇਦਾਰ ਵੀ ਬੜਾ ਪ੍ਰਾਊਡਲੀ ਮਤਲਬ ਫੀਲ ਕਰਦੇ ਜਦੋਂ ਮੈਂ ਕਿਤੇ ਜਾਂਦੀ ਹੈ ਨਾ, ਸਾਰਿਆਂ ਨੂੰ ਇੰਟਰੋਡਿਊਸ ਕਰਵਾਉਣਗੇ ਸਾਡੀ ਕੁੜੀ ਹੈ ਜੀ ਸਰਪੰਚ ਹੈ ਪੰਜਾਬ ਤੋਂ ਸਾਰਾ ਛੋਟੀ ਸਰਪੰਚ ਹੈ। ਖੁਸ਼ੀ ਹੁੰਦੀ ਹੈ? ਹਾਂਜੀ, ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਮੈਨੂੰ ਉਸ ਟਾਈਮ ਤੇ। ਪਰ ਪੱਲਵੀ ਹੁਣ ਤੁਸੀਂ ਪਿੱਛੇ ਜਾ ਕੇ ਆਏ ਹੋ ਕੌਮੀ ਕਨਵੈਨਸ਼ਨ ਜਿਹੜੀ ਹੋਈ ਹੈ ਭਾਰਤ ਟੁਗੈਦਰ, ਹਾਂਜੀ ਹਾਂਜੀ, ਇੱਥੇ ਸੈਸ਼ਨ ਵੀ ਆਈ ਹੋਈ ਸੀ, ਇੱਕ ਦੋ ਸਰਪੰਚ ਹੋਰ ਪੰਜਾਬ ਦੇ ਆਏ ਹੋਏ ਸੀ। ਇਹ ਜਿਹੜੀ ਚੀਜ਼ ਹੈ, ਹਾਂਜੀ, ਇਹ ਸਿਆਸਤ ਦੇ ਲਈ ਵੱਖਰੀ ਕੀ ਰਹੀ ਤੁਹਾਡੇ 'ਚ? ਐਕਚੁਅਲੀ ਇਹ ਸਿਆਸਤ ਲਈ ਵੱਖਰੀ ਐ ਸੀਗੀ ਕਿ ਇੱਕ ਤਾਂ ਅਸੀਂ ਸਰਪੰਚ ਸੀਗੇ, ਸਾਨੂੰ ਤਾਂ ਮਤਲਬ ਐਕਸਪੈਕਟੇਸ਼ਨਸ ਵੀ ਨਹੀਂ ਸੀਗੀਆਂ ਕਿ ਜਿੱਥੇ ਇੱਕ ਪੂਰੇ MLA ਜਾਣਗੇ ਇੰਡੀਆ ਦੇ ਉੱਥੇ ਸਾਨੂੰ ਵੀ ਇਨਵਾਈਟ ਕੀਤਾ ਜਾਊਗਾ। ਪਹਿਲਾਂ ਤਾਂ ਇਹੀ ਬਹੁਤ ਖੁਸ਼ੀ ਦੀ ਗੱਲ ਸੀਗੀ ਕਿ ਇੱਕ ਜਿੱਥੇ MLA ਪਹੁੰਚ ਰਹੇ ਉੱਥੇ ਸਰਪੰਚ ਵੀ ਜਾ ਰਹੇ, ਹੈਨਾ। ਤਾਂ ਮਤਲਬ ਆਪਾਂ ਤਾਂ ਉੱਥੇ ਗਏ ਸੀਗੇ ਕਿ ਸਾਨੂੰ ਉੱਥੇ ਕੀ ਕੁਝ ਨਵਾਂ ਸਿੱਖਣ ਨੂੰ ਮਿਲੂਗਾ, ਬਹੁਤ ਕੀ ਤਜੁਰਬਾ ਸਾਡਾ, ਆਪਾਂ ਉੱਥੇ ਕੀ ਕੁਝ ਗੇਨ ਕਰਕੇ ਆਵਾਂਗੇ, ਹੈਨਾ। ਹਰ ਕੋਈ ਐਕਸਪੀਰੀਅੰਸ, ਇਵਨ ਵੈਲ ਐਕਸਪੀਰੀਅੰਸ ਲੋਕ ਸੀਗੇ ਉੱਥੇ ਜਿੰਨੇ ਵੀ ਪੋਲੀਟੀਸ਼ੀਅਨ ਪਹੁੰਚੇ ਹੋਏ ਸੀਗੇ। ਤਾਂ ਉਹ ਜਿਹੜੀ ਕਾਨਫਰੰਸ ਸੀਗੀ ਉੱਥੇ ਕੀ ਸੀਗਾ, ਉਹਦਾ ਇੱਕ ਨਾਰਾ ਸੀਗਾ ਟੁਗੈਦਰ ਫੋਰ ਭਾਰਤ, ਹੈਨਾ। ਟੁਗੈਦਰ ਫੋਰ ਭਾਰਤ ਐਂ ਸੀਗਾ ਕਿ ਉਹਨਾਂ ਨੇ ਇੱਕ ਉਸ ਫੰਕਸ਼ਨ ਚ ਉਹ 3 ਦਿਨ ਦੀ ਕਾਨਫਰੰਸ ਚ ਉਹਨਾਂ ਨੇ ਇਹੀ ਦੱਸਿਆ
ਕਿ ਜੇਕਰ ਕੋਈ ਸਿਆਸਤਦਾਨੀ ਸਿਆਸਤ ਕਰਦਾ ਹੈ ਹੈ ਨਾ ਤਾਂ ਉਹਨਾਂ ਦਾ ਮਤਲਬ ਇੱਕ ਸਿਆਸਤ ਕਰਨ ਦਾ ਤਰੀਕਾ ਜਿਹੜਾ ਹੈ ਐਂ ਹੋਣਾ ਚਾਹੀਦਾ ਕਿ ਲੋਕਾਂ ਲਈ ਭੇਦਭਾਵ ਵਾਲਾ ਨਾ ਹੋਵੇ। ਮੈਂ ਫਲਾਨੀ ਪਾਰਟੀ ਤੋਂ ਹਾਂ, ਮੈਂ ਧਮਕਾਨੀ ਪਾਰਟੀ ਤੋਂ ਹਾਂ। ਆਹ ਪਾਰਟੀਆਂ ਜਿਹੜੀਆਂ ਹੈ ਠੀਕ ਹੈ, ਇੱਕ ਲਾਈਕਿੰਗ ਅਨਲਾਈਕਿੰਗ ਹੁੰਦੀ ਹੈ ਠੀਕ ਹੈ, ਬਟ ਜਦੋਂ ਆਪਾਂ ਲੋਕਾਂ ਦੇ ਦੁਆਰਾ ਇੱਕ ਨੁਮਾਇੰਦਾ ਚੁਣ ਕੇ ਲੋਕਾਂ ਨੇ ਸਾਨੂੰ ਬਣਾਇਆ ਹੈ, ਜਿਹੜੀ ਕੁਰਸੀ ਸਾਨੂੰ ਲੋਕਾਂ ਨੇ ਦਿੱਤੀ ਹੈ ਤੇ ਉਸ ਕੁਰਸੀ ਪਿੱਛੇ ਸਾਨੂੰ ਲੋਕਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਗਿਆਨ ਦੇ ਨਾਲ ਇਹ ਲੋਕ ਜੀ ਕੀ ਆ ਅਸਲ ਜ਼ਿੰਦਗੀ ਚ ਵੀ ਇਹੋ ਜਿਹੇ ਹੈਗੇ ਨੇ? ਨਹੀਂ, ਦੇਖੋ ਅਸਲ ਜ਼ਿੰਦਗੀ ਜਿਹੜੀ ਉਹ ਬਹੁਤ ਡਿਫਰੈਂਸ ਹੈ ਉਹਨਾਂ ਦੀ, ਲੇਕਿਨ ਇੱਕ ਉਹ ਪਲੇਟਫਾਰਮ ਸੀਗਾ ਜਿੱਥੇ ਉਹਨਾਂ ਨੇ ਇੱਕ ਆਪ ਦੀ ਤਰਫ ਤੋਂ ਕੋਸ਼ਿਸ਼ ਕੀਤੀ ਕਿ ਜਿੱਥੇ ਸਾਰਿਆਂ ਨੂੰ ਇਕੱਠਾ ਕਰਕੇ ਉਹਨਾਂ ਮਤਲਬ ਉਹਦੇ ਚ ਉਹ ਮੀਟਿੰਗ ਚ ਆਏ ਸੀਗਾ ਕਿ ਉੱਥੇ ਕੀ ਕੀ ਪ੍ਰੋਬਲਮ ਹੁੰਦੀਆਂ ਨੇ, ਪੋਲੀਟੀਸ਼ੀਅਨਸ ਜਿਹੜੇ ਹੁੰਦੇ ਆ ਉਹ ਕਿੱਦਾਂ ਆਪਣੀ ਫੈਮਿਲੀ ਜਾਂ ਆਪਣੇ ਕਿੱਦਾਂ ਪਰਸਨਲ ਰਿਲੇਸ਼ਨਸ ਦਾ ਕਿੱਦਾਂ ਉਹ ਮਤਲਬ ਟੈਕਲ ਕਰਦੇ ਹਰ ਇੱਕ ਚੀਜ਼ ਨੂੰ। ਬਸ ਉਹਨਾਂ ਦਾ ਇੱਕ ਸਟ੍ਰੈਸ ਮੈਨੇਜਮੈਂਟ ਇੱਕ ਉਹ ਸੀਗਾ, ਮਤਲਬ ਇੱਕ ਉਹਨਾਂ ਨੇ ਸੈਸ਼ਨ ਰੱਖਿਆ ਹੋਇਆ ਸੀਗਾ ਸਟ੍ਰੈਸ ਮੈਨੇਜਮੈਂਟ ਦਾ ਨਾ, ਸਟ੍ਰੈਸ ਰਿਲੀਫ ਮੈਨੇਜਮੈਂਟ। ਤਾਂ ਉੱਥੇ ਵੀ ਇਹੀ ਦੱਸ ਰਹੇ ਸੀਗੇ ਕਿ ਕਿੱਦਾਂ ਕਿੱਦਾਂ ਹਰ ਕੋਈ ਆਪਣੀ ਪ੍ਰੋਬਲਮਸ ਦਾ ਹਰ ਕਿਸੇ ਦੇ ਉਹ ਰਾਏ ਲੈ ਰਹੇ ਸੀਗੇ ਕਿ ਜੇਕਰ ਤੁਹਾਨੂੰ ਇੱਦਾਂ ਦੀ ਕੋਈ ਪ੍ਰੋਬਲਮ ਆਊਗੀ ਉਸ ਸਿਚੁਏਸ਼ਨ 'ਚ ਤੁਸੀਂ ਕੀ ਕਰੋਗੇ ਹੈ ਨਾ। ਬਟ ਇਹ ਹੈ ਕਿ ਕਹਿੰਦੇ ਨਾ ਕਿ ਹਾਥੀ ਦੇ ਦੰਦ ਦਿਖਾਉਣ ਨੂੰ ਕੁਛ ਹੋਰ। ਸਿਆਸਤਦਾਨਾਂ ਦੇ ਲਈ ਇਹ ਸ਼ਬਦ ਵਰਤਿਆ ਗਿਆ ਜੀ, ਧੁਕਵਾਂ ਬਹਿੰਦਾ ਆ। ਹਾਂਜੀ, ਕਿ ਸਟੇਜ ਤੋਂ ਕਹੀ ਹੋਈ ਗੱਲ ਕਦੇ ਵੀ ਜ਼ਮੀਨ ਤੇ ਲਾਗੂ ਨਹੀਂ ਹੁੰਦੀ, ਲਾਗੂ ਨਹੀਂ ਹੁੰਦੀ ਬਿਲਕੁਲ। ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਚਲੋ ਉਹ ਤਾਂ ਮੇਰਾ ਫਰਸਟ ਟਾਈਮ ਐਕਸਪੀਰੀਅੰਸ ਸੀਗਾ, ਆਪਾਂ ਫਰਸਟ ਟਾਈਮ ਉੱਥੇ ਗਏ। ਦੇਖੋ ਸਾਡੇ ਪੰਜਾਬ ਦੇ ਸਪੀਕਰ ਸਾਹਿਬ ਵੀ ਉੱਥੇ ਆਏ ਹੋਏ ਸੀ, ਸਾਡੇ ਪੰਜਾਬ ਦੇ ਹੋਰ ਕਾਫੀ MLA ਜਿਹੜੇ ਵੱਖ ਵੱਖ ਸ਼ਹਿਰਾਂ ਤੋਂ ਉੱਥੇ ਪਹੁੰਚੇ ਹੋਏ ਸੀ, ਹਰ ਕਿਸੇ ਨਾਲ ਮਿਲਣ ਦਾ ਵੀ ਮੌਕਾ ਮਿਲਿਆ ਜਿਨ੍ਹਾਂ ਨਾਲ ਕਦੀ ਮਿਲਣ ਨੂੰ ਸੋਚਿਆ ਨਹੀਂ ਸੀਗਾ। ਮਤਲਬ ਵਧੀਆ ਲੱਗਿਆ ਉੱਥੇ ਪਹੁੰਚ ਕੇ, ਜਦੋਂ ਉਹ ਐਂ ਦੇਖਦੇ ਸੀ ਨਾ ਕਿ ਸਾਡੇ ਪੰਜਾਬ ਦਾ ਸਰਪੰਚ ਆਏ ਨੇ, ਤਾਂ ਮਤਲਬ ਉਹਨਾਂ ਦੇ ਮੂੰਹ ਤੋਂ ਮਤਲਬ ਇੱਕ ਇਹ ਸ਼ਬਦ ਸੁਣਨਾ, ਸਰਪੰਚ ਤੁਸੀਂ ਕੀ ਕਰ ਰਹੇ ਹੋ ਇੱਥੇ, ਤਾਂ ਮਤਲਬ ਬਹੁਤ ਖੁਸ਼ੀ ਹੋਈ ਸਰ। ਮਤਲਬ ਉੱਥੇ ਸਿੱਖਣ ਨੂੰ ਤਾਂ ਚਲੋ ਜੋ ਵੀ ਮਿਲਿਆ, ਪਲਵੀ ਸਿੱਖ ਦਾ ਸਾਰੀ ਉਮਰ ਰਹਿੰਦਾ। ਹਾਂਜੀ, ਪਰ ਸਿਆਸਤ ਦੇ ਨਾਲ ਇੱਕ ਜੁੜੀ ਹੋਈ ਚੀਜ਼ ਆ ਉਹ ਭੇਦਭਾਵ ਹੈ। ਉੱਥੇ ਤੁਹਾਨੂੰ ਸਿਖਾਇਆ ਗਿਆ ਭੇਦਭਾਵ ਨਹੀਂ ਕਰਨਾ, ਪਰ ਪਿੰਡਾਂ ਦੀ ਸਿਆਸਤ ਦੇ ਵਿੱਚ ਤੁਸੀਂ ਜੋ ਵਿਕਾਸ ਕੀਤਾ ਹੈ ਜੀ, ਅਕਸਰ ਅਸੀਂ ਪਿੰਡ ਦੇਖਦੇ ਹਾਂ ਭੇਦਭਾਵ ਦੇ ਸ਼ਿਕਾਰ ਰਹੇ ਨੇ। ਬਿਲਕੁਲ ਬਿਲਕੁਲ, ਵਿਕਾਸ ਕਰਨਾ ਕਿੱਡਾ ਔਖਾ ਪਿੰਡ ਦਾ? ਸਰ ਦੇਖੋ, ਵਿਕਾਸ ਕਰਨਾ ਜੇਕਰ ਮੈਨੂੰ ਐਂ ਲੱਗਦਾ ਹੈ ਕਿ ਜਿੰਨਾ ਕੁ ਹਜੇ ਤਾਂ ਮੈਂ ਬਹੁਤ ਹੀ ਐਕਸਪੀਰੀਅੰਸਡ ਹੀ ਹੈਗੀ ਹਾਂ, ਜਿੰਨਾ ਕੁ ਮੈਂ ਕੰਮ ਕਰ ਚੁੱਕੀ ਹਾਂ ਆਪਣੇ ਪਿੰਡ 'ਚ, ਆਪਣੇ ਪਿੰਡ ਦੇ ਲੋਕਾਂ ਨਾਲ, ਈਵਨ ਆਪਣੇ ਧਾਰ ਦੇ ਲੋਕਾਂ ਨਾਲ ਜਿੰਨਾ ਕੁ ਮੈਂ ਕੰਮ ਕਰ ਚੁੱਕੀ ਹਾਂ ਸਰ, ਮੈਨੂੰ ਉੱਥੋਂ ਮਤਲਬ ਇਹੀ ਚੀਜ਼ ਹੈ ਕਿ ਜਿਹੜਾ ਇਹ ਭੇਦਭਾਵ ਹੈ ਨਾ ਸਰ, ਮਤਲਬ ਜੇਕਰ ਤੁਸੀਂ ਇੱਕ ਗਰਾਊਂਡ ਲੈਵਲ ਤੋਂ ਆਪਾਂ ਇੱਕ ਕਹਿੰਦੇ ਹਾਂ ਨਾ ਕਿ ਜੇਕਰ ਆਪਾਂ ਨੀਚੇ ਜ਼ਮੀਨ ਨਾਲ ਜੁੜ ਕੇ ਰਹੀਏ, ਜ਼ਮੀਨ ਨਾਲ ਜੁੜ ਕੇ ਰਵਾਂਗੇ ਤੇ ਮਤਲਬ ਲੋਕ ਵੀ ਉੱਥੇ ਤੁਹਾਨੂੰ ਨਾ ਕਿਤੇ ਤਾਂ ਐਪਰੀਸ਼ੀਏਟ ਕਰਨਗੇ ਹੀ ਕਰਨਗੇ। ਜੇਕਰ ਭੇਦਭਾਵ ਦੀ ਗੱਲ ਕਰੀਏ, ਜੇ ਮੈਂ ਇੱਕ ਸਰਪੰਚ ਬਣੀ ਹਾਂ, ਮੈਨੂੰ ਲੋਕਾਂ ਨੇ ਬਣਾਇਆ ਠੀਕ ਹੈ, ਜਦੋਂ ਮੈਂ ਜਿੱਤ ਕੇ ਉਹਨਾਂ ਦਾ ਨੁਮਾਇੰਦਾ ਬਣ ਗਈ ਹਾਂ, ਜੇ ਮੈਂ ਪਿੰਡ 'ਚ ਕਹਾਂਗੀ ਕਿ ਇਹਨੇ ਮੈਨੂੰ ਵੋਟ ਨਹੀਂ ਪਾਈ ਤੇ ਇਹਦਾ ਮੈਂ ਕੰਮ ਨਹੀਂ ਕਰਾਉਣਾ, ਤਾਂ ਸਰ ਫੇਰ ਤਾਂ ਮਤਲਬ ਸਿਆਸਤਾਂ ਜੇ ਕੋਈ ਉੱਠਣਾ ਚਾਹੁੰਦਾ ਹੈ ਨਾ ਜਿੱਥੇ ਹੈ ਉੱਥੋਂ ਤਾਂ ਉੱਥੋਂ ਹੀ ਰਹਿ ਜਾਊਗਾ। ਇਸੇ ਸਿਆਸਤ ਦੇ ਚੱਲਦੇ ਹੋਏ ਮੈਨੂੰ ਲੱਗਦਾ ਪਲਵੀ ਨੇ 22 'ਚ ਫੈਸਲਾ ਲਿਆ ਸੀ, ਕਹਿੰਦੇ ਮੈਂ MLA ਦੇ ਇਲੈਕਸ਼ਨ ਲੜਨੇ ਆ। ਚਲੋ ਕਿਸੇ ਕਾਰਨ ਉਹ ਹਜੇ ਉਹ ਪੌੜੀ ਤੇ ਨਹੀਂ ਪੈਰ ਰੱਖਿਆ ਗਿਆ, ਪਰ MLA ਕਿਉਂ? ਸਰ MLA ਇਸ ਕਰਕੇ ਕਿ ਤੁਸੀਂ ਸਾਡੇ ਏਰੀਏ 'ਚ ਦੇਖੋ, ਸਾਡਾ ਨੀਮ ਪਹਾੜੀ ਖੇਤਰ ਹੈ ਸਰ, ਲੇਕਿਨ ਅੱਜ ਦੇ ਟਾਈਮ 'ਚ ਸਾਡਾ ਇੰਡੀਆ, ਇਵਨ ਪੂਰੀ ਸਾਡੀ ਮਤਲਬ ਕੰਟਰੀ ਨੂੰ ਕਹਿ ਲਓ, ਪੂਰਾ ਵਰਲਡ ਨੂੰ ਕਹਿ ਲਓ, ਕਿੱਥੇ ਤੱਕ ਪਹੁੰਚ ਰਿਹਾ, ਤੇ ਸਰ ਸਿਰਫ ਸਾਡੇ ਧਾਰ ਦੇ ਲੋਕ ਹੀ ਕਿਉਂ ਅੱਜ ਵੀ ਪਾਣੀ ਬਿਜਲੀ ਦੀ ਪ੍ਰੋਬਲਮ ਨੂੰ ਸਫਰ ਕਰ ਰਹੇ ਆ ਸਰ? ਕਿਉਂ ਸਾਡੇ ਪੂਰਵ ਵਿਧਾਇਕ ਜਿਹੜੇ, ਉਹਨਾਂ ਦਾ ਹੁਣ ਮੈਂ ਨਾਮ ਜ਼ਿਕਰ ਨਹੀਂ ਕਰਾਂਗੀ, 15 ਸਾਲ ਉਹ ਸਾਡੇ ਏਰੀਏ ਦੇ ਸਰ ਵਿਧਾਇਕ ਰਹੇ ਨੇ। ਜੇਕਰ ਉਹ 15 ਸਾਲਾਂ 'ਚੋਂ ਮੈਂ ਕਹਿੰਦੀ ਹਾਂ ਕਿ 5 ਸਾਲ ਵੀ ਡਟ ਕੇ ਆਪਣੇ ਏਰੀਏ 'ਚ ਲਾ ਦਿੰਦੇ ਨਾ ਸਰ, ਤੇ ਅੱਜ ਲੋਕਾਂ ਨੇ ਉਹਨਾਂ ਦੇ ਪੈਰ ਧੋ ਧੋ ਪੀਣੇ। ਪੱਲਵੀ ਨੂੰ ਜਿੱਦ ਸੀ ਹਰਾਉਣਾ ਉਹਨਾਂ ਨੂੰ, ਬਿਲਕੁਲ ਸਰ, ਬਹੁਤ ਅੱਜ ਵੀ ਜਿੱਦ ਹੈ, ਜਿੱਦ ਹੈਗੀ ਆ ਸਰ। ਉਹ ਤਾਂ ਚਲੋ ਹਾਰ ਵੀ ਗਏ ਠੀਕ ਹੈ, ਬਟ ਜਿੱਦ ਸਰ ਐਂ ਹੈ ਕਿ ਜਦੋਂ ਇੱਕ ਵਾਰੀ ਮੈਨੂੰ ਸਰ ਹਜੇ ਮੇਰੀ ਸਟਾਰਟਿੰਗ ਹੈ, ਪਤਾ ਨਹੀਂ ਕੱਲ ਨੂੰ ਮੈਂ ਵੀ ਕਿੱਦਾਂ ਦੀ ਹੋਊਂਗੀ ਉਹ ਮੈਨੂੰ ਪਤਾ ਨਹੀਂ, ਬਟ ਜਿਹੜੀ ਮੇਰੀ ਸੋਚ ਹੈ ਕਿ ਜਦੋਂ ਮੈਂ ਮਤਲਬ ਕਿਤੇ ਨਾ ਕਿਤੇ ਮੁਕਾਮ ਤੇ ਤਾਂ ਪਹੁੰਚੂਗੀ ਜ਼ਰੂਰ, ਜੇ ਮੈਂ ਚੱਲੀ ਹਾਂ ਤੇ ਮੈਨੂੰ ਮੰਜ਼ਿਲ ਤਾਂ ਜ਼ਰੂਰ ਮਿਲੂਗੀ। ਮਤਲਬ ਸਿਸਟਮ ਤੁਹਾਨੂੰ ਚਲਾਉਂਦਾ ਜਾਂ ਤੁਸੀਂ ਸਿਸਟਮ ਨੂੰ ਚਲਾਉਂਦੇ ਹੋ? ਸਰ ਮੈਨੂੰ ਐਂ ਲੱਗਦਾ ਹੈ ਕਿ ਸਿਸਟਮ ਨਹੀਂ ਸਾਨੂੰ ਚਲਾ ਸਕਦਾ, ਅਸੀਂ ਆਪ ਦੀ ਮਰਜ਼ੀ ਨਾਲ ਜੇਕਰ ਕੁਝ ਕੋਈ ਵੀ ਸਿਸਟਮ ਚਲਾਉਣਾ ਹੋਵੇ ਤਾਂ ਸਾਡੀ ਮਰਜ਼ੀ ਨਾਲ ਸਭ ਕੁਝ। ਇਹ ਵੱਡਾ ਸਿਆਸਤਦਾਨ ਇਹ ਗੱਲ ਕਹਿ ਦੂਗਾ ਸਰ, ਤੁਸੀਂ ਸਰਪੰਚ ਹੋ, ਤੁਸੀਂ ਕਹਿਤਾ ਤੁਸੀਂ ਨਿਊਟਰਲ ਹੋ, ਹਾਂਜੀ, ਪਰ ਇੱਕ ਜਗ੍ਹਾ ਇੱਕ ਪਾਰਟੀ ਅਹੁਦੇ ਹਾਇਰਾਰਕੀ ਤੇ ਬਹੁਤ ਸਾਰੇ ਸੰਗਲ, ਉਹ ਤਾਂ ਪਿੱਛੋਂ ਹੀ ਹੱਥ ਜੋੜ ਦੇਣਗੇ ਇਸ ਗੱਲ ਨੂੰ ਕਿ ਦੇਖੋ ਜੀ ਉਹਨਾਂ ਨੂੰ ਹਰ ਕੁਝ ਦੇਖਣਾ ਪੈਂਦਾ ਹੈ ਨਾ। ਤਾਂ ਹਜੇ ਤਾਂ ਮੇਰਾ ਤਾਂ ਸਰ, ਮੈਂ ਤੁਹਾਨੂੰ ਐਂ ਕਹਿ ਰਹੀ ਹਾਂ ਕਿ ਜਿਹੜੇ 15 ਸਾਲ ਸੀਗੇ ਨਾ ਉਹਨਾਂ ਕੋਲੇ ਸਰ, ਜਿਹੜਾ ਮੈਨੂੰ ਮੈਂ ਕਹਿ ਰਹੀ ਹਾਂ ਕਿ 5 ਸਾਲ, ਸਿਰਫ ਇੱਕ 5 ਸਾਲ ਜੇਕਰ ਆਪਾਂ ਆਪਣੇ ਹਲਕੇ 'ਚ ਲਾਏ ਹੁੰਦੇ ਨਾ ਸਰ, ਜੇ ਅੱਜ ਉਹ ਆਪਣੇ ਘਰ ਬੈਠੇ ਤਾਂ ਅੱਜ ਘਰ ਨਾ ਬਹਿੰਦੇ, ਅੱਜ ਘਰ ਨਾ। ਹਾਂਜੀ, ਪਰ ਵੀ ਇੱਕ ਪਰਸਨਲ ਕੁਐਸਚਨ ਹੈ
ਤੁਸੀਂ ਕਿਹਾ ਕਿ ਵਿਆਹ ਕਰ ਦੇਣਾ ਹੈ ਜਾਂ ਉੱਥੇ 21-22 ਸਾਲ ਤੱਕ ਦੀ ਉਮਰ ਦੀ ਕੁੜੀ ਦਾ ਵਿਆਹ ਹੋ ਜਾਂਦਾ, ਤੁਸੀਂ ਇਹ ਕਿਰਤ ਤੋੜਨੀ ਸੀ। ਹਾਂਜੀ, ਪਰ ਅੱਜ ਕੱਲ ਨਾ ਸਿਆਸਤਦਾਨਾਂ ਦੇ ਟਿੱਪਣੀਆਂ ਜਦੋਂ ਹੁੰਦੀਆਂ ਨੇ ਸੋਸ਼ਲ ਮੀਡੀਆ ਭਰਿਆ ਪਿਆ, ਸਿਆਸਤਦਾਨਾਂ ਤੇ ਕੱਪੜਿਆਂ ਨੂੰ ਲੈ ਕੇ ਵੀ ਟਿੱਪਣੀਆਂ ਹੁੰਦੀਆਂ। ਹਾਂਜੀ ਹਾਂਜੀ, ਕਿ ਸਿਆਸਤਦਾਨ ਕੱਪੜੇ ਕਿਹੋ ਜਿਹੇ ਪਾਉਂਦੇ ਨੇ ਜਾਂ ਮਹਿੰਗੇ ਕੱਪੜੇ ਪਾਉਂਦੇ ਨੇ। ਪੱਲਵੀ ਇੱਕ ਜਵਾਨ ਕੁੜੀ ਆ, ਖੁਆਇਸ਼ਾਂ ਸਭ ਦੀਆਂ ਹੁੰਦੀਆਂ ਨੇ। ਪੱਲਵੀ ਤੇ ਅਜੇ ਕਮੈਂਟ ਬਹੁਤ ਵਾਰੀ ਹੋਏ ਹੋਣੇ, ਕੱਪੜਿਆਂ ਨੂੰ ਲੈ ਕੇ ਪੱਲਵੀ ਦੇ ਕਮੈਂਟ ਬਹੁਤ ਵਾਰੀ ਹੋਇਆ ਹੋਣਾ, ਕੁੜੀ ਨੂੰ ਲੈ ਕੇ ਪੱਲਵੀ ਦੇ ਬਹੁਤ ਵਾਰੀ ਕਮੈਂਟ ਹੋਇਆ ਹੋਣਾ, ਕੁੜੀ ਸਮਰੱਥ ਨਹੀਂ ਹੈ ਇਸ ਦਾ ਕਮੈਂਟ ਬਹੁਤ ਹੋਇਆ ਹੋਣਾ। ਇਹ ਸਾਰੀਆਂ ਚੀਜ਼ਾਂ ਖਾਸ ਤੌਰ ਤੇ ਕਿਵੇਂ ਟੈਕਲ ਕੀਤੀਆਂ ਜਾਣ ਕੁੜੀਆਂ ਦੇ ਲਈ, ਜਿਹੜੀਆਂ ਕੁੜੀਆਂ ਹੋਰ ਤੁਹਾਡੇ ਵਰਗੀਆਂ ਕੁਛ ਨਾ ਕੁਛ ਕਰਨਾ ਚਾਹੁੰਦੀਆਂ? ਹਾਂਜੀ, ਤਾਂ ਸਰ ਸਟਾਰਟਿੰਗ ਚ ਕੀ ਸੀਗਾ ਕਿ ਵੀ ਮੈਨੂੰ ਵੀ ਐਂ ਸੀਗਾ, ਮੈਂ ਪਹਿਲਾਂ ਤਾਂ ਮੈਂ ਸੋਸ਼ਲ ਮੀਡੀਆ ਤੋਂ ਬਹੁਤ ਦੂਰ ਰਹੀ ਸਟਾਰਟਿੰਗ ਚ, ਜਦੋਂ ਮੇਰਾ ਸਟਾਰਟਿੰਗ ਟਾਈਮ ਸੀਗਾ। ਮੈਨੂੰ ਐਂ ਸੀਗਾ ਕਿ ਜੇ ਮੈਂ ਪਿੰਡ ਦੀ ਸਰਪੰਚ ਬਣੀ ਆ ਤਾਂ ਮੈਂ ਪਹਿਲੇ ਪਿੰਡ ਚ ਆਪਣੇ ਸਾਰਾ ਕੁਛ ਕਰਕੇ ਦੇਖਾਂ, ਹੈ ਨਾ। ਤਾਂ ਸਰ ਧੀਰੇ ਧੀਰੇ ਦੇਖੋ ਲੋਕ ਗੱਲਾਂ ਕਰਦੇ, ਆਪਾਂ ਲੋਕਾਂ ਨੂੰ ਰੋਕ ਨਹੀਂ ਸਕਦੇ, ਹੈ ਨਾ। ਤਾਂ ਉਸ ਟਾਈਮ ਤੇ ਕੀ ਸੀਗਾ ਕਿ ਮੈਂ ਨਾ ਬਹੁਤ ਡੀਪਲੀ ਉਹਨਾਂ ਚੀਜ਼ਾਂ ਨੂੰ ਲੈਂਦੀ ਸੀਗੀ। ਫਿਰ ਮੈਂ ਇੱਕ ਦਿਨ ਸੋਚਿਆ ਬੈ ਕੇ, ਹਾਂਜੀ, ਕਿ ਮਤਲਬ ਆਪਾਂ ਆਪਣੀ ਲਾਈਫ ਨੂੰ ਅਫੈਕਟ ਕਰਕੇ ਲੋਕਾਂ ਦੀਆਂ ਗੱਲਾਂ, ਜਿਨ੍ਹਾਂ ਨੇ ਸਾਡੇ ਸਾਹਮਣੇ ਨਹੀਂ ਕੀਤੀਆਂ, ਪਿੱਛੋਂ ਕੀਤੀਆਂ ਹੋਣਗੀਆਂ, ਕਰੀ ਜਾ, ਹੈ ਨਾ। ਤਾਂ ਮੇਰਾ ਤਾਂ ਬਈ ਮੇਰੀਆਂ ਬਾਕੀ ਭੈਣਾਂ ਨੂੰ ਜਿੰਨੀਆਂ ਮੈਨੂੰ ਦੇਖ ਰਹੀਆਂ ਸਾਰੀਆਂ ਬੱਚਿਆਂ ਨੂੰ ਇਹੀ ਮੈਸੇਜ ਹੈ ਕਿ ਜੇਕਰ ਸਾਡੇ ਅੰਦਰ ਕੁਝ ਕਰ ਦਿਖਾਉਣ ਦਾ ਜਜ਼ਬਾ ਹੈਗਾ ਨਾ, ਤਾਂ ਸਾਨੂੰ ਪਿੱਛੇ ਨਹੀਂ ਹਟਣਾ ਚਾਹੀਦਾ। ਇੱਕ ਫੈਮਿਲੀ ਦੀ ਸਾਨੂੰ ਸਪੋਰਟ ਹੋਵੇ, ਦੂਜੀ ਚੀਜ਼ ਸਾਡੇ ਅੰਦਰ ਇੱਕ ਦ੍ਰਿੜ ਨਿਸ਼ਚੇ ਹੋਏ ਕਿ ਆਪਾਂ ਕੁਝ ਕਰਨਾ ਹੈ, ਹੈਨਾ। ਤਾਂ ਸਰ ਦੇਖੋ ਕਹਿੰਦੇ ਨਾ ਕਿ ਹਾਥੀ ਜਦੋਂ ਇਰਾਦੇ ਭੁਰਦੇ ਵੇਖੇ ਨੇ, ਉਹ ਦ੍ਰਿੜ ਇਰਾਦੇ ਭੁਰਦੇ ਦੇਖੇ ਨੇ ਅਸੀਂ, ਉਹ ਨਿਸ਼ਚੇ ਨੇ ਉਹ ਟੁੱਟਦੇ ਦੇਖੇ ਨੇ। ਸਮਾਜ ਦੀਆਂ ਕੁਝ ਗੱਲਾਂ, ਸਮਾਜ ਦੇ ਆਰੀ ਨੂੰ ਲੱਗੇ ਦੋਵੇਂ ਪਾਸੇ ਦੰਦੇ ਕੁੜੀਆਂ ਦੇ ਉੱਤੇ ਜ਼ਿਆਦਾਤਰ ਚੱਲਦੇ। ਸਰ ਮੈਂ ਉਹੀ ਦੇਖੋ ਕਿ ਕੁੜੀਆਂ ਨੂੰ, ਠੀਕ ਹੈ, ਕੁੜੀਆਂ ਨੂੰ ਕਿਤੇ ਨਾ ਕਿਤੇ ਉਹ ਇਹੋ ਜਿਹਾ ਵੀਕ ਪੁਆਇੰਟ ਕੁੜੀਆਂ ਦਾ ਮਤਲਬ ਹੋਊਗਾ ਵੀ, ਠੀਕ ਹੈ। ਕੁੜੀਆਂ ਕੀ ਹੁੰਦੀਆਂ ਕਿ ਸੋਫਟ ਹਾਰਟਡ ਹੁੰਦੀਆਂ, ਹੈ ਨਾ। ਉਹ ਈਵਨ ਮੈਂ ਵੀ ਹੈਗੀ ਹਾਂ, ਬਹੁਤ ਇਮੋਸ਼ਨਲ ਹੈਗੀ ਹਾਂ ਕਿ ਮੇਰੇ ਨਾਲ ਕੋਈ, ਜਿੱਦਾਂ ਮੈਂ ਪਿੰਡ 'ਚ ਕਈ ਵਾਰੀ ਜਾਂਦੀ ਹਾਂ, ਜੇ ਕੋਈ ਉਦਾਂ ਦੀ ਗੱਲ ਹੋ ਜਾਊ ਤਾਂ ਮੇਰੀਆਂ ਅੱਖਾਂ ਭਰ ਆਉਂਦੀਆਂ। ਇਮੋਸ਼ਨਲ ਦੇਖੋ ਕੁੜੀਆਂ ਦਾ ਇਹ ਤਾਂ ਹੈ ਕਿ ਉਹ ਇਮੋਸ਼ਨਲ ਹੁੰਦੀਆਂ, ਬਟ ਸਰ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਦ੍ਰਿੜ ਨਿਸ਼ਚੇ ਇਰਾਦੇ ਸਭ ਟੁੱਟ ਜਾਂਦੇ ਨੇ, ਲੇਕਿਨ ਸਰ ਜੇਕਰ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਸਾਡੇ ਮਾਪੇ ਸਾਡੇ ਨਾਲ ਨੇ ਨਾ, ਤਾਂ ਕੋਈ ਨਹੀਂ ਸਾਨੂੰ ਕੁਛ ਕਰ ਸਕਦਾ। ਕਿਉਂ? ਬੈਕਬੋਨ ਹੈ, ਪਾਵਰ ਹੈ। ਬਿਲਕੁਲ, ਪਾਵਰ ਹੈਗੀ ਆ ਸਰ। ਮੇਰੇ ਬ੍ਰਦਰਸ, ਮੇਰੇ ਪਾਪਾ, ਕੋਈ ਵੀ ਕੰਮ ਹੋਵੇ ਜਾਂ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਦੇਖੋ ਕਿਤੇ ਨਾ ਕਿਤੇ ਤਾਂ ਉਸ ਚੀਜ਼ ਦਾ ਹੱਲ ਹੋਊਗਾ। ਤੇ ਬਾਕੀ ਅਗਰ ਮੈਂ ਗੱਲ ਕਰਾਂ ਕੰਮਾਂ ਦੀ ਜਾਂ ਲੋਕਾਂ ਦੇ, ਤਾਂ ਕੁੜੀਆਂ ਨੂੰ ਸਿਰਫ ਇਹੀ ਚਾਹੀਦਾ ਅੱਜ ਦੇ ਟਾਈਮ 'ਚ। ਸਰ ਤੁਸੀਂ ਦੇਖੋ, ਮੈਂ ਤੁਹਾਨੂੰ ਆਪਦੇ ਜ਼ਿਲ੍ਹੇ ਦੀ ਗੱਲ ਦੱਸਾਂ ਸਰ, ਸਾਡੇ ਮਮੂਨ ਮਤਲਬ ਜਿੱਦਾਂ ਮੇਰੇ ਪੁਲਿਸ ਸਟੇਸ਼ਨ ਹੈਗੇ ਆ, ਤੇ ਸਾਡੇ ਧਾਰ ਥਾਣੇ 'ਚ ਅੱਜ ਲੇਡੀ ਇੰਸਪੈਕਟਰ ਬੈਠੀ ਹੈ, ਸਾਡੇ ਮਮੂਨ ਥਾਣੇ 'ਚ ਲੇਡੀ ਇੰਸਪੈਕਟਰ, ਡਿਵੀਜ਼ਨ ਨੰਬਰ 2 'ਚ ਲੇਡੀ ਇੰਸਪੈਕਟਰ। ਮੈਂ ਹਜੇ ਕੱਲ ਹੀ ਇਸ ਗੱਲ ਦਾ ਜ਼ਿਕਰ ਕਰ ਰਹੀ ਸੀਗੀ ਕਿ ਮੈਨੂੰ ਬਹੁਤ ਖੁਸ਼ੀ ਆ ਕਿ ਸਾਡੀ ਐਡਮਿਨਿਸਟ੍ਰੇਸ਼ਨ 'ਚ ਵੀ ਮੋਸਟਲੀ ਲੇਡੀਜ਼ ਕੰਮ ਕਰ ਰਹੀਆਂ ਹੈ। ਤਾਂ ਸਰ ਅੱਜ ਜੇ ਉਹ ਲੇਡੀਜ਼ ਇਸ ਮੁਕਾਮ ਤੇ ਬੈਠੀਆਂ ਹੋਈਆਂ, ਤਾਂ ਸਰ ਉਹਨਾਂ ਨੇ ਕੁਛ ਨਾ ਕੁਛ ਸੋਚ ਕੇ ਕੁਰਸੀ ਹਾਸਲ ਕੀਤੀ ਹੋਊਗੀ ਨਾ। ਸੋਚ ਕੇ ਹਾਸਲ ਕੀਤੀ ਹੈ, ਪਰ ਉਹਨਾਂ ਦੇ ਲਈ ਚੁਣੌਤੀਆਂ ਨਾਲ ਨਾਲ ਰਹਿੰਦੀਆਂ ਨੇ। ਜੀ ਬਿਲਕੁਲ, ਬਹੁਤ ਕੁਝ ਮੈਂ ਅਕਸਰ ਅਸੀਂ ਮਿਲਦੇ ਰਹਿੰਦੇ ਹਾਂ ਤਾਂ ਉਹ ਕਹਿੰਦੇ ਨੇ ਕਿ ਸਾਨੂੰ ਸਿਸਟਮ ਜਿਹੜਾ ਸਾਡਾ ਹੈ ਉਹ ਸਿਸਟਮ ਹੀ ਸਾਡੇ ਆੜੇ ਆਉਂਦਾ। ਬਿਲਕੁਲ, ਹਾਂਜੀ। ਤਾਂ ਮਤਲਬ ਸਰ ਜਿਹੜਾ ਸਿਸਟਮ ਹੈ, ਠੀਕ ਹੈ, ਸਿਸਟਮ ਦਾ ਵੀ ਦੇਖਣਾ ਪੈਂਦਾ। ਐਕਚੁਅਲੀ ਕੀ ਹੈ ਕਿ ਅਗਰ ਮੈਂ ਗੱਲ ਕਰਾਂ ਸਿਸਟਮ ਜਾਂ ਫਿਰ ਅਗਰ ਆਪਣੇ ਕੀਤੇ ਦੀ ਗੱਲ ਕਰੀਏ, ਹੈ ਨਾ, ਤਾਂ ਸਰ ਸਾਨੂੰ ਸਿਸਟਮੈਟਿਕਲੀ ਮਤਲਬ ਐਂ ਕਹਿ ਲਓ ਕਿ ਕੁਛ ਰੂਲਸ ਐਂਡ ਰੈਗੂਲੇਸ਼ਨਸ ਜੇ ਆਪਾਂ ਕਿਸੇ ਦੇ ਅੱਗੇ ਕੰਮ ਕਰ ਰਹੇ ਹਾਂ, ਓਬਵੀਅਸਲੀ ਸਾਨੂੰ ਉਹ ਫੋਲੋ ਵੀ ਕਰਨਾ ਪੈਂਦੇ ਆ। ਬਟ ਕਿਤੇ ਨਾ ਕਿਤੇ ਜੇਕਰ ਸਮਾਜ ਸਾਨੂੰ ਟਾਰਗੇਟ ਕਰਦਾ ਹੈ ਕਿ ਇਹ ਕੁੜੀ ਹੈ, ਇਹ ਕੁੜੀ ਹੈ, ਇਹ ਦੇਖੋ ਇਹਨੇ ਪਾਇਆ ਕੀ ਹੈ, ਕਰ ਕੀ ਰਹੀ ਹੈ, ਤਾਂ ਸਰ ਫਿਰ ਮੈਨੂੰ ਲੱਗਦਾ ਕਿ ਸਮਾਜ ਦੀ ਸਾਨੂੰ ਮਤਲਬ ਉਹਨਾਂ ਲੋਕਾਂ ਦੀ, ਤੁਹਾਨੂੰ ਕਹਿੰਦੇ ਆ ਨਾ ਕਿ ਇਹ ਪੁਰਾਣਿਆਂ ਦੀ ਕਹਾਵਤ ਹੈ, ਇਹਦੇ ਪਿੱਛੇ ਮੰਨਦੇ ਹੋ, ਕਹਿੰਦੇ ਹੁੰਦੇ ਨਾ ਪੁਰਾਣੇ ਸਿਆਣੇ ਵੀ ਕਹਿੰਦੇ ਨੇ ਵੀ ਕੁੜੀ ਦੀ ਜੇ ਰੁਕਾਵਟ ਹੈ, ਕੁੜੀ ਦਾ ਵਿਕਾਸ ਨਹੀਂ ਹੋਇਆ ਤਾਂ ਕੁੜੀ ਨੂੰ ਸਭ ਤੋਂ ਵੱਧ ਮਾਰਦੀ ਵੀ ਕੁੜੀ ਹੈ। ਜੀ, ਇਹ ਗੱਲ ਨੂੰ ਮੰਨਦੇ ਹੋ? ਕਿਤੇ ਨਾ ਕਿਤੇ ਰੁਕਾਵਟ ਦੇ ਵਿੱਚ ਵੀ ਤਾਂ ਕਿਤੇ ਨਾ ਕਿਤੇ ਬੰਦਾ ਸ਼ਾਇਦ ਘੱਟ ਆਉਂਦਾ, ਕੁੜੀ ਜ਼ਿਆਦਾ ਆਉਂਦੀ ਹੈ ਕੁੜੀ ਦੀ ਵਿਕਾਸ ਦੀ ਰੁਕਾਵਟ 'ਚ। ਦੇਖੋ ਹੁੰਦਾ ਹੋਊਗਾ, ਬਟ ਸਰ ਅੱਜ ਹਜੇ ਤੱਕ ਤਾਂ ਮਤਲਬ ਇਦਾਂ ਦੀ ਕੋਈ ਚੀਜ਼ ਫੇਸ ਕਰਨ ਨੂੰ ਮਿਲੀ ਨਹੀਂ। ਜਦੋਂ ਕਿਤੇ ਮਤਲਬ ਇਹੋ ਜਿਹਾ ਵਕਤ ਆਊਗਾ ਤਾਂ ਉਦੋਂ ਦੇਖੀ ਜਾਊਗੀ ਸਰ। ਬਹੁਤ ਬਹੁਤ ਧੰਨਵਾਦ। ਓਕੇ ਸਰ, ਥੈਂਕ ਯੂ। ਪੱਲਵੀ, ਇਨਾਮ ਅੱਜ ਕਿਸੇ ਪਹਿਚਾਣ ਦਾ ਮੁਹਤਾਜ ਨਹੀਂ ਹੈ, ਲੇਕਿਨ ਇਹ ਇੰਟਰਵਿਊ ਨੂੰ ਤੁਹਾਡੇ ਤੱਕ ਲੈ ਕੇ ਆਉਣਾ ਬੇਹੱਦ ਲਾਜ਼ਮੀ ਸੀ ਕਿਉਂਕਿ ਮੌਕੇ ਬਹੁਤ ਹੈ। ਇਹ ਮੌਕੇ ਕਿਵੇਂ ਤੁਸੀਂ ਬਦਲਨੇ ਨੇ ਆਪਦੀ ਜ਼ਿੰਦਗੀ ਨੂੰ ਸਵਾਰਨ ਦੇ ਵਿੱਚ, ਆਪਣੇ ਭਵਿੱਖ ਨੂੰ ਬਦਲਣ ਦੇ ਵਿੱਚ, ਤੇ ਖਾਸ ਤੌਰ ਤੇ ਜਦੋਂ ਅਸੀਂ ਰਾਜਨੀਤੀ ਦੀ ਗੱਲ ਕਰਦੇ ਹਾਂ, ਸਿਆਸਤ ਦੀ ਗੱਲ ਕਰਦੇ, ਸਿਸਟਮ ਨੂੰ ਚੈਲੰਜ ਕਰਨ ਦੀ ਗੱਲ ਕਰਦੇ ਹਾਂ, ਤਾਂ ਇਹ ਸਭ ਦੇ ਵਿੱਚ ਕਿਵੇਂ ਨੌਜਵਾਨ ਲੋਕ, ਪੱਲਵੀ ਵਰਗੇ ਨੌਜਵਾਨ ਕਿਵੇਂ ਇਹ ਸਾਰੀਆਂ ਚੀਜ਼ਾਂ ਦਾ ਬਦਲਾਅ ਲਿਆ ਸਕਦੇ ਨੇ? ਇਹ ਵੀਡੀਓ ਹੀ ਉਸ
ਪੂਰੀ ਮੁਹਿੰਮ ਦਾ ਧੁਰਾ ਬਣ ਸਕਦੀ ਹੈ। ਦੋਸਤੋ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਅਸੀਂ ਆਉਣ ਵਾਲਾ ਸਮਾਜ ਬਦਲਣਾ ਚਾਹੁੰਦੇ ਹਾਂ, ਭਵਿੱਖ ਬਦਲਣਾ ਚਾਹੁੰਦੇ ਹਾਂ, ਤਾਂ ਸਾਨੂੰ ਪੱਲਵੀ ਵਰਗੇ ਇਨਕਲਾਬੀ ਬਣਨ ਦੀ ਲੋੜ ਜ਼ਰੂਰ ਹੈ।